पटियाला पुलिस ने बैठ के सूझ गया से। बाद उपरों कोई ना कोई परेशान कर रहा और हॉस्पिटल जरा वा यही जल्दी की जल्दी खोल के मैं लोगों की सेवा चाहना चाहना मेरी यही मैसेज दिता भी इदा चढ़दी कला की सेवा होगी। गल ए मैसेज लाया भी जेड़ा बटाला पुलिस दे नाल दा कॉम्प्रोमाइज हो गया ही, पर उपरों को प्रेशर आ जेड़ा मेनू फिर दोबारा तंग किया गया। पर ਇਹ ਗੱਲ ਕੀ ਆਪਾਂ ਡੋਲਣ ਨਹੀਂ ਦੇਣਾ ਨਵਤੇਜ ਵੀਰ ਨੂੰ, ਜਿੱਦਾਂ ਹੀ ਉਹ ਮੁੜ ਕੇ ਆਉਣਗੇ ਸਾਰੇ ਵੀਰ ਜਿਹੜੇ ਹੈਗੇ ਆ ਬਟਾਲੇ ਦੇ ਲਾਗੇ। ਪਰ ਸਾਡਾ ਮਨ ਬੜਾ ਖਰਾਬ ਹੋਇਆ, ਜ਼ਰੂਰ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ, ਅੱਜ ਉਸ ਵੀਰ ਦਾ ਹੌਸਲਾ ਵਧਾਉਣਾ ਚਾਹੀਦਾ ਸੀ। ਕਿੱਡੀ ਵੱਡੀ ਉਹ ਸੇਵਾ ਵੀਰ ਕਰ ਰਿਹਾ, ਕਿੱਥੇ ਮਤਲਬ ਪੰਜਾਬ ਦਾ ਟੌਪ ਦਾ ਹਸਪੀਟਲ ਜਿਹੜਾ ਕਹਿ ਰਹੀਏ ਵੀ ਉਹਨੇ ਕਰਕੇ ਦਿਖਾ ਦਿੱਤਾ, ਜਿਹੜੀ ਨਾ ਮੁਮਕਿਨ ਕੰਮ ਸੀ ਜਿਹੜਾ ਫ੍ਰੀ ਦਵਾਈਆਂ ਦੇਣੀਆਂ ਤੇ ਅੱਜ ਉਸ ਬੰਦੇ ਨੇ ਕਰਕੇ ਦਿਖਾ ਦਿੱਤਾ। ਇੱਕ ਹੁੰਦਾ ਨਾ ਕੰਮ ਕਰਨਾ ਸੋਚਣਾ, ਇੱਕ ਹੁੰਦਾ ਕਰਕੇ ਦਿਖਾਉਣਾ। ਪਰ ਮਨ ਵੀਰ ਜੀ ਹੁਣੀ ਕਹਿ ਰਹੇ ਜਿੱਦਾਂ ਮਨ ਬਹੁਤ ਦੁਖੀ ਹੋਇਆ ਕਿਉਂਕਿ ਜਿੰਨਾ ਅਸੀਂ ਸੋਚਿਆ ਸੀ ਕਿ ਲੋਕ ਸਾਥ ਦੇਣਗੇ ਨਹੀਂ ਦਿੱਤਾ, ਹਾਲਾਂਕਿ ਭਾਜੀ ਵੱਲੋਂ ਕੋਈ ਸੁਨੇਹਾ ਨਹੀਂ ਲਾ ਰਿਹਾ। ਉਹ ਗੁਰੂ ਦਾ ਸਿੰਘ ਆ ਜਿਹਨੇ ਇੱਕ ਪਾਪੀ ਪੁੱਲੇ ਨੂੰ ਜਿਹੜਾ ਸਾੜਿਆ ਸੀਗਾ, ਜਿੰਦੇ ਨੂੰ ਜਿਹਨੇ ਉਸ ਪਾਪੀ ਪੁੱਲੇ ਨੂੰ ਕਿੰਨੀਆਂ ਸਿੱਖਾਂ ਨੂੰ ਜਿਹੜਾ ਉਹਨੇ ਮਾਰਿਆ ਸੀ, ਉਹ ਗੁਰੂ ਦਾ ਸਿੰਘ ਆ। ਇਹ ਤਾਂ ਕੁਛ ਵੀ ਪਰਚੇ ਪੁਰਚੇ ਉਹਦੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ। ਉਸ ਬੰਦਾ ਉਹ ਉਦੋਂ ਨਹੀਂ ਡੋਲਿਆ ਜਦੋਂ ਪੂਰੀ ਮਤਲਬ ਉਹਦੇ ਸਰਕਾਰੀ ਤੰਤਰ ਉਹਦੇ ਪਿੱਛੇ ਲੱਗਾ ਸੀ। ਅੱਜ ਤਾਂ ਇਹ ਕੀ ਆ ਪਰਚੀਆਂ ਪੁਰਚੀਆਂ ਉਹਦੇ ਲਈ ਕੁਛ ਨਹੀਂ ਹੈਗੀਆਂ। ਆਪਾਂ ਜ਼ਰੂਰ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।